ਸੇਮ ਸਿੰਘ ਪੰਗੂ ਦੀ ਪੁਸਤਕ ਫੇਸਬੁੱਕ ਬਨਾਮ ਕਲੇਸ਼ ਬੁੱਕ ਦਾ ਅਗਲਾ ਵਿਸ਼ਾ ਹੈ ਜੀਤਾ ਜੁਗਾੜੀ ਮਨੁੱਖ ਨੇ ਜਿੰਨੀਆਂ ਵੀ ਕਾਡਾਂ ਕੱਡੀਆਂ ਆਪਣੀ ਲੋੜ ਨੂੰ ਮੁੱਖ ਰੱਖ ਕੇ ਕੱਡੀਆਂ ਤਾਂ ਹੀ ਮੁਹਾਵਰਾ ਹੋਣ ਦੇ ਚਾਇਆ ਲੋੜ ਕਾਢ ਦੀ ماں ਹੈ ਕੋਈ ਜੋੜ ਜੱਪਾ ਕਰਕੇ ਕੰਮ ਸਾਰਨ ਨੂੰ ਜੁਗਾੜ ਕਹਿੰਦੇ ਹਨ ਪਰ ਉਹ ਵੀ ਮਨੁੱਖੀ ਲੋੜ ਨਾਲ ਹੀ ਜੁੜਦਾ ਹੈ ਕੁਝ ਸਮਾਂ ਹੋਇਆ ਵਿਅੰਗਕਾਰ ਨੂਰ ਸੰਤੋਖਪ uri ਜੀ ਨੇ ਪੰਜਾਬੀ ਦੇ ਸ਼ਬਦ ਭੰਡਾਰ 'ਚ ਵਾਧੇ ਦਾ ਯੋਗਦਾਨ ਪਾਉਂਦੇ ਆ ਇੱਕ ਸ਼ਬਦ ਇਜਾਦ ਕੀਤਾ ਜਿਵੇਂ ਲੋੜ ਕਾਢ ਦੀ ਮਾਂ ਐ ਓਵੇਂ ਜੁਗਾੜ ਕਾਢ ਦਾ ਬਾਪ ਹੋਣਾ ਚਾਹੀਦਾ ਨਰ ਮਾਦਾ ਦੇ ਮਿਲਾਪ ਤੋਂ ਬਿਨਾਂ ਪਰਿਵਾਰ ਚੱਗੇ ਵਾਧਾ ਹੋਣਾ ਸੰਭਵ ਹੁੰਦਾ ਹੈ ਇਸ ਲਈ ਨੂਰ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਲੋੜ ਮਾਂ ਵਾਸਤੇ ਜੁਗਾੜ ਬਾਪ ਦਾ ਜੁਗਾੜ ਕਰ ਦਿੱਤਾ ਤੇਵੇਂ ਕੋਈ ਜੱੱਜਾ ਬੱਚਾ ਕੇ ਅੰਦਰ ਪਾਪ ਫਰਟੀਲਿਟੀ ਹਸਪਤਾਲ ਬਿਨੰ ਪਿਓ ਤੋਂ ਵੀ ਬੱਚੇ ਦਾ ਜੁਗਾੜ ਕਰ ਦਿੰਦੇ ਐ ਕਹਿਣ ਤੋਂ ਭਾਵੇਂ ਕੰਮ ਚੱਲਣਾ ਚਾਹੀਦਾ ਭਾਵੇਂ ਕਿਵੇਂ ਦਾ ਜੁਗਾੜ ਬਣਾ ਲਾ ਪਵੇ ਅੱਜ ਤੋਂ ਕੋਈ 3-4 ਦਹਾਕੇ ਪਹਿਲਾਂ ਹਲ ਵਾਉਣ ਲਈ ਜੇ ਬਲਦ ਜਾਂ ਝੋਟਾ ਨਹੀਂ ਮਿਲਦਾ ਸੀ ਤਾਂ ਕਿਸਾਨ ਦੁੱਧੋਂ ਦੌੜੀਆਂ ਜਾਂ ਟੋਕੜ ਮੱਜਾਂ ਤੇ ਫੰਡਰ ਝੋਟੀਆਂ ਨੂੰ ਹੀ ਜੋੜ ਕੇ ਹਲ ਦਾ ਜੁਗਾੜ ਕਰ ਲੈਂਦੇ ਸੀ ਮਾਲਵੇ ਚ ਜੁਗਾੜੀਆਂ ਨੇ ਲੱਕੜ ਦੀ ਬੋਡੀ ਬਣਾ ਕੇ ਥੱਲੇ ਟਾਇਰ ਲਾ ਲਾ ਅੱਗੇ ਪੀਟਰ ਇੰਜਨ ਫਿੱਟ ਕਰਕੇ ਸਵਾਰੀਆਂ ਸਮੇਤ ਸਭ ਕੁਝ ਢੋਣ ਲਈ ਜੁਗਾੜ ਬਣਾ ਲਏ ਸੀ ਫਿਰ ਇਹ ਜੁਗਾੜ ਘੁੜਕਿਆਂ ਦੇ ਨਾਲ-ਨਾਲ ਪੂਰੇ ਪੰਜਾਬ 'ਚ ਫੈਲ ਗਏ ਸੀ ਸਰਕਾਰ ਨੇ ਪਲਾਸਟਿਕ ਦੇ ਲਿਫਾਫੇ ਤੇ ਨਸ਼ੇ ਬੰਦ ਕਰਨ ਵਾਂਗ ਪੂਰਾ ਟਿੱਲ ਲਾ ਲਿਆ ਬੰਦ ਕਰਨ ਲਈ ਫੜ-ਫੜ ਥਾਣਿਆਂ 'ਚ ਬੰਦ ਕੀਤੇ ਮਾੜੇ ਢੀੜੇ ਦਾ ਤਾਂ ਥਾਣੇ ਖਿਲੋਤਾ ਸੜ ਗਿਆ ਹੋ ਪਰ ਇਹ ਜੁਗਾੜ ਹਾਲੇ ਵੀ ਚੱਲੀ ਜਾਂਦੇ ਆ ਹੋਰ ਤਾਂ ਹੋਰ ਸਾਡੇ ਇੱਕ ਸਾਬਕਾ ਮੰਤਰੀ ਨੇ ਪਾਣੀ 'ਚ ਚੱਲਣ ਵਾਲੀ ਬੱਸ ਦੇ ਨਾਂ ਤੇ ਜੋੜ ਜੱਪਾ ਕਰਕੇ ਬਣਾਏ ਜੁਗਾੜ ਨੂੰ ਵੀ ਪਾਣੀ 'ਚ ਠੇਲ ਕੇ ਲੋਕਾਂ ਨੂੰ ਬੀਬੀ ਕੋ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਬਾ ਬੁੱਲੇ ਸ਼ਾਹ ਦੀ ਇੱਕ ਕਾਫੀ ਅਨੁਸਾਰ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜੱਬੋਂ ਛੁੱਟੀ ਉਹਦੀ ਪਾਰਟੀ ਦੀ ਸਰਕਾਰ ਦੁਬਾਰਾ ਬਣੀ ਨਾ ਤੇ ਜੁਗਾੜ ਖੁੱਡੇ ਲਾਈਨ ਲੱਗ ਗਿਆ ਇਸ ਤਰ੍ਹਾਂ ਦੇ ਹੋਰ ਵੀ ਕਈ ਜੁਗਾੜ ਹਨ ਜਿਵੇਂ ਟਰੈਕਟਰ ਮਗਰ ਚਲਦੀਆਂ ਫਿਰਦੀਆਂ ਆਟਾ ਚੱਕੀਆਂ ਗੰਨੇ ਦਾ ਰਸ ਕੱਢਣ ਵਾਲੇ ਵੇਲੇ ਨੇ ਕੰਮ ਆਪੂ ਬਣਾਈਆਂ ਗੱਡੀਆਂ ਸਕੂਲਾਂ ਦੇ ਬੱਚੇ ਲਿਜਾਣ ਵਾਲੇ ਖੜੁੱਕੇ ਪੁਰਾਣੇ ਮੋਟਰਸਾਈਕਲਾਂ ਪਿੱਛੇ ਰੇੜੀਆਂ ਫਿੱਟ ਕਰਕੇ ਸਬਜ਼ੀ ਭਾਜੀ ਤੇ ਹੋਰ ਨਿਕਸੂਕ ਵੇਚਦੇ ਸੜਕਾਂ ਤੇ ਢੋਡਾਂ ਫੁੱਟ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਤੁਰੇ ਫਿਰਦੇ ਤੁਹਾਨੂੰ ਦਿਸ ਪੈਣਗੇ ਕਾਨੂੰਨ ਤੋੜਨ ਵਾਲੇ ਤੇ ਕਾਨੂੰਨ ਦਾ ਪਾਠ ਪੜਾਉਣ ਵਾਲਿਆਂ ਦੀ ਜਰੂਰਤ ਨਹੀਂ ਕਿ ਇਹਨਾਂ ਨੂੰ ਕੋਈ ਕੁਝ ਕਹਿ ਜਾਵੇ ਵੈਸੇ ਰਿਸ਼ੀਆਂ ਮੂਨੀਆਂ ਤੇ ਬਾਬੇ ਬਾਬੀਆਂ ਦੇ ਇਸ ਧਾਰਮਿਕ ਦੇਸ਼ 'ਚ ਜੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਚਿੱਟੇ ਅਨਪੜ ਜੁਗਾੜ ਲਾ ਕੇ ਕਾਨੂੰਨ ਬਣਾਉਣ ਵਾਲੀ ਸੰਸਥਾ ਦੇ ਨੁਮਾਇੰਦੇ ਬਣ ਸਕਦੇ ਆ ਤਾਂ ਇਹਨਾਂ ਕੋਈ ਹੱਕ ਤਾਂ ਦੇਸ਼ ਦੇ ਆਮ ਨਾਗਰਿਕ ਦਾ ਵੀ ਬਣਦਾ ਕਿ ਉਹ ਵੀ ਆਪਣੀ ਮਰਜ਼ੀ ਦਾ ਜੁਗਾੜ ਬਣਾ ਲਵੇ ਤੁਸੀਂ ਕਹਿਣਾ ਲੇਖ ਦਾ ਨਾ ਜੀਤਾ ਜੁਗਾੜੀ ਜੁੱਤੀਆਂ ਜੋਗਾ ਰੱਖ ਕੇ ਸ਼ਾਇਦ ਆਪ ਜੁੱਤੀਆਂ ਦਾ ਜੁਗਾੜ ਕਰਨ ਲੱਗ ਪਿਆ ਹੈ ਮਾਲਕੋ ਤੁਹਾਨੂੰ ਪੂਰਾ ਹੱਕ ਹੈ ਸੱਜੇ ਖੱਬੇ ਖਿੱਚ ਕੇ ਪਾੜਾ ਛੱਡ ਦੇ ਠੱਗੇ ਨੂੰ ਪੁਰਾਣੀ ਮਾਰ ਕੇ ਸਿੱਧੇ ਕਰਨ ਦਾ ਸਾਡਾ ਮਿੱਤਰ ਜੀਤਾ ਨਾ ਤਾਂ ਜੁੱਤੀਆਂ ਦਾ ਵਪਾਰ ਕਰਦਾ ਨਾ ਹੀ ਉਹਨੇ ਕੋਈ ਦੁਕਾਨ ਪਾਈ ਹੈ ਤੇ ਕਿਸੇ ਨਾਲ ਨਿੱਤ ਜੁੱਤੀਆਂ ਜੁੱਤੀ ਵੀ ਨਹੀਂ ਹੁੰਦਾ ਜੀਤੇ ਦਾ ਤਕੀਆ ਕਲਾਮ ਹੈ ਕੋਈ ਨਾ ਕਰਦੇ ਆਂ ਫਿਰ ਕੋਈ ਜੁਗਾੜ ਆਪਣੇ ਵੱਲੋਂ ਫਾਇਦੇ ਵਾਸਤੇ ਕੋਈ ਜੁਗਾੜ ਲਾਉਂਦਾ ਪੁੱਠਾ ਪੈ ਜਾਂਦਾ ਬੇਇੱਜ਼ਤੀ ਕਰਵਾ ਕੇ ਬੈਠ ਜਾਂਦਾ ਸੱਜਣ ਮਿੱਤਰ ਪਿੱਠ ਪਿੱਛੇ ਵੀ ਤੇ ਮੂੰਹ ਤੇ ਵੀ ਆਖ ਦਿੰਦੇ ਆ ਜਦੋਂ ਕੰਮ ਹੀ ਜੁੱਤੀਆਂ ਖਾਣ ਵਾਲੇ ਕਰਨੇ ਆ ਫਿਰ ਕੋਈ ਕੀ ਕਰੇ ਇਸ ਲਈ ਇਹਦੀ ਆਲ ਹੀ ਪੈ ਗਈ ਜਿੱਤਾ ਜੀਤਾ ਜੁਗਾੜੀ ਜੁੱਤੀਆਂ ਜੋਗਾ ਜੀਤਾ ਇਸ ਮਹਿੰਗਾਈ ਦੇ ਸਸਤੇ ਜ਼ਮਾਨੇ ਚ ਆਪਣਾ ਤੇ ਆਪਣੇ ਜਵਾਕਾਂ ਦੇ ਢਿੱਡ ਨੂੰ ਝੁਲਕਾ ਦੇਣ ਲਈ ਘਰ ਦਾ ਡੰਗ ਤੋੜਨ ਵਾਸਤੇ ਅਵਲੇਵਲੇ ਰਿਸਕੀ ਕੰਮ ਕਰਦਾ ਰਹਿੰਦਾ ਪਿੱਛੇ ਜੇ ਨੇ ਭਾਨੇ ਠੱਗ ਦੀ ਰਿਸੇ ਕਮੇਟੀ ਪਾਉਣੀ ਸ਼ੁਰੂ ਕੀਤੀ ਪਹਿਲੀ ਕਮੇਟੀ ਜਦੋਂ ਪੂਰੀ ਲੱਖ ਰੁਪਇਆ ਘਰ ਰਹਿ ਗਈ ਤਾਂ ਕੱਚਾ ਮਚਾਉਂਦਾ ਨੋਟ ਗਿਣਦਾ ਘਰ ਵਾਲੇ ਨੂੰ ਕਹਿਣ ਲੱਗਾ ਆ ਤਾਂ ਜੁਗਾੜੀ ਬੜਾ ਵਧੀਆ ਹਿੰਗ ਲੱਗੀ ਨਾ ਫਟਕੜੀ ਮੁਨਾਫਾ ਝੋਖਾ ਦੂਜੀ ਕਮੇਟੀ ਬੋਲੀ ਦੇ ਕੇ ਘਾਟੇ ਤੇ ਜਾਣੀ ਸੀ ਇੱਕ ਸੱਜਣ ਤਰਲਾ ਮਾਰ ਕੇ ਚਲਾਕੀ ਨਾਲ ਭੋਲੇ ਜੀਤੇ ਕੋਲੋਂ ਥੋੜੇ ਘਾਟੇ ਤੇ ਕਮੇਟੀ ਚੁੱਕ ਕੇ ਖੋਤੇ ਦੇ ਸਿਰ ਤੋਂ ਸਿੰਗਾ ਵਾਂਗ ਇੰਜ ਗਾਇਬ ਹੋਇਆ ਜਿਵੇਂ ਸਰਕਾਰ ਦੇ ਗੂੜੇ ਮਿੱਤਰ ਚਕਮਾ ਦੇ ਕੇ ਫੁਰਰ ਹੋ ਗਏ ਸਰਕਾਰ ਦੇ ਗਲ ਕਿਸੇ ਨੇ ਰੱਸੀ ਪਾਈ ਜਾਨੀ ਪਰ ਕਮੇਟੀ ਵਾਲੇ ਬਾਕੀ ਮੈਂਬਰਾਂ ਨੇ ਜੀਤੇ ਦੇ ਗਲ ਆ ਭਰਨੇ ਪਾਏ ਵਿਚਾਰੇ ਨੇ ਜ਼ਮੀਨ ਗਹਿਣੀ ਕਰਕੇ ਪਏ ਘਾਟੇ ਨੂੰ ਪੂਰਾ ਕੀਤਾ ਘਰ ਵਾਲੀ ਆਪਣੀ ਥਾਂ ਵੱਖ ਨਰਾਜ਼ ਜਦੋਂ ਕਾਮੀ ਜੁੱਤੀਆਂ ਖਾਣ ਵਾਲੇ ਕਰਨੇ ਆ ਖਾਈ ਜਾ ਫਿਰ ਜੀਤਾ ਛੋਟਾ ਕਿਸਾਨ ਹੈ ਜ਼ਮੀਨ ਥੋੜੀ ਹੈ ਭਾਵੇਂ ਸਰਕਾਰ ਨੇ ਹਰੇਕ ਵੱਡੇ ਛੋਟੇ ਕਿਸਾਨ ਨੂੰ ਬੰਬੀਆਂ ਦੇ ਬਿੱਲ ਮਾਫ ਕੀਤੇ ਹੋਏ ਪਰ ਜੀਤੇ 'ਚ 2.5 ਤਿੰਨ ਲੱਖ ਖਰਚ ਕੇ ਮੋਟਰ ਲਾਉਣ ਦੀ ਪਰੁਖੋਂ ਨਹੀਂ ਹੈ ਕੀ ਕਰੇ ਵਿਚਾਰਾ ਰਾਤ ਬਰਾਤੇ ਕੁੰਡੀਆਂ ਦਾ ਜੁਗਾੜ ਲਾ ਕੇ ਪਹਿਲੀ ਸਿੰਜ ਲੈਂਦਾ ਇੰਜ ਇੱਕ ਰਾਤ ਜੀਤਾ ਬਿਜਲੀ ਦੇ ਅੱਖ ਮਟਕਾ ਕਰਦੇ ਆ ਸਾਰੀ ਰਾਤ ਜਾਗਦਾ ਰਿਹਾ ਛੇਤੀ ਛੇਤੀ ਕੁੰਡੀਆਂ ਲਾਉਣੀਆਂ ਭੁੱਲ ਗਿਆ ਦਿਨ ਚੜੇ ਤੱਕ ਸੁੱਤਾ ਰਹਿ ਗਿਆ ਸੂਰਜ ਚੜਨ ਤੋਂ ਪਹਿਲਾਂ ਹੀ ਫਲਾਈਂਗ ਸਟਾਫ ਨੇ ਲਗੀਆਂ ਕੁੰਡੀਆਂ ਆ ਫੜੀਆਂ ਨੇੜਲੀ ਮੋਟਰ ਵਾਲੇ ਤੋਂ ਜੀਤੇ ਦੇ ਘਰ ਦਾ ਪਤਾ ਮਿਲਣਾ ਕੋਈ ਔਖਾ ਨਹੀਂ ਸੀ ਜੀਤਾ ਆਖਾਂ ਮਿਲਦਾ ਅਫਸਰ ਦੇ ਸਾਹਮਣੇ ਮੁਜ਼ਰਮਾ ਵਾਂਗ ਆਣ ਖਲੋਤਾ ਮਾਲਕੋ ਚੋਰੀ ਕੱਖ ਦੀ ਵੀ ਲੱਖ ਦੀ ਵੀ ਕਣਕ ਬੀਜਣ ਲਈ ਮਾੜਾ ਮੋਟਾ ਜੁਗਾੜ ਕੀਤਾ ਸੀ ਗਰੀਬ ਬੰਨਾ ਪੈਸਾ ਤਾਂ ਮੇਰੇ ਕੋਲ ਕੋਈ ਹੈ ਨਹੀਂ ਤੇ ਤੁਸੀਂ ਜੁੱਤੀਆਂ ਮਾਰ ਲਓ ਜਿੰਨੀਆਂ ਮਾਰਨੀਆਂ ਅੱਗੇ ਵੀ ਤਾਂ ਮੈਨੂੰ ਸਾਰੇ ਪਿੰਡ ਵਾਲੇ ਜੁੱਤੀਆਂ ਜੋਗਾ ਹੀ ਆਖਦੇ ਨੇ ਤੁਸੀਂ ਵੀ ਆਪਣਾ ਗੁੱਬਗਵਾਟ ਕੱਢ ਲਓ ਐਨਾ ਟੱਬਰ ਆਏ ਜੀ ਕੋਈ ਨਾ ਕੋਈ ਕਾਰਵਾਈ ਤਾਂ ਪਾਉਣੀ ਹੋ ਹੱਥ ਜੋੜੀ ਖਲੋਤੇ ਜੀਤੇ ਨੇ ਸਟਾਫ ਤੇ ਨਿਗਾਹ ਮਾਰਦੇ ਆਂ ਕਿਆ ਅਫਸਰ ਨਰਮਦਿਲ ਸੀ ਜੀਤੇ ਅਰਗੇ ਕਈ ਆਰਥਿਕਤਾ ਦੇ ਝੰਬੇ ਕਿਸਾਨਾਂ ਨਾਲ ਅਕਸਰ ਉਹਦਾ ਵਾਹ ਪੈਂਦਾ ਹੀ ਰਹਿੰਦਾ ਸੀ ਉਹ ਜੀਤੇ ਦੀ ਸਾਫ ਗੋਈ ਤੇ ਹੱਸਦਾ ਸਟਾਫ ਸਮੇਤ ਵਾਪਸ ਮੁੜਦਿਆਂ ਅੱਗੇ ਤੋਂ ਧਿਆਨ ਨਾਲ ਜੁਗਾੜ ਲਾਉਣ ਲਈ ਵੀ ਕਹਿ ਗਿਆ ਇੱਥੇ ਜੀਤੇ ਦਾ ਜੁਗਾੜ ਚੱਲ ਗਿਆ ਸੀ ਤੇ ਜੁੱਤੀਆਂ ਤੋਂ ਵੀ ਬਚਾਅ ਹੋ ਗਿਆ ਇਸ ਲੇਖ 'ਚ ਇਸ ਮੁਲਕ ਦੇ ਸਭ ਤੋਂ ਵੱਡੇ ਜੁਗਾੜੀਆਂ ਦਾ ਜ਼ਿਕਰ ਨਾ ਹੋਵੇ ਇਹ ਉਹਨਾਂ ਨਾਲ ਨਾ ਇਨਸਾਫੀ ਹੋਏਗੀ ਜੇ ਪਿੱਛੇ ਜਿਵੇਂ ਦਾਸ ਆਏ ਆ ਆਪਣੇ ਤੇ ਜਵਾਕਾਂ ਦਾ ਢਿੱਡ ਭਰਨ ਵਾਸਤੇ ਹਰੇਕ ਹੀ ਕਈ ਤਰ੍ਹਾਂ ਦੇ ਪਾਪੜ ਵੇਲਦਾ ਜੁਗਾੜ ਬਣਾਉਂਦਾ ਇਸ ਮੁਲਕ ਚ ਬੇਮੌਸਮੀ ਮੀਂਹ ਮੰਗ ਚੋਣਾਂ ਦੇ ਜ਼ਿਮਨੀ ਛਰਾਟੇ ਕਿਤੇ ਨਾ ਕਿਤੇ ਤਾਂ ਪੈਂਦੇ ਹੀ ਰਹਿੰਦੇ ਆ ਪਰ ਅਸਲ ਚੁਣავი ਮੌਨਸੂਨ ਪੰਜੀ ਸਾਲੀ ਆਉਂਦੀ ਹੈ ਜਿਹਦੇ ਚਲਦੇ ਆ ਬਹੁਤ ਲੋਕਾਂ ਦਾ ਜੁਗਾੜ ਲੱਗ ਜਾਂਦਾ ਹੈ ਇਹ ਲੋਕ ਵੱਖ-ਵੱਖ ਤਰ੍ਹਾਂ ਦੇ ਨਾਟਕ ਕਰਦੇ ਆ ਜਿਵੇਂ ਭਵਖ ਹੋ ਕੇ ਮਖਰ ਮੱਚਦੇ ਅਥਰੂ ਕੇ ਨੇ ਗਰੀਬਾਂ ਦੀਆਂ ਝੁੱਗੜੀਆਂ ਝੋ ਚੁਗਿਆਂ ਝੌਂਪੜੀਆਂ 'ਚ ਜਾ ਕੇ ਭੁੰਜੇ ਬੈਠ ਕੇ ਪਤਲਾਂ ਤੇ ਖਾਣਾ ਇੱਕ ਦੂਜੇ ਨਾਲ ਸਾਂਝਾਂ ਕਰਨਾ ਲਿਬੜੇ ਤੇ ਬੜੇ ਨਲੀ ਵਗਦੇ ਮੜਚੂ ਜੇ ਜਵਾਕਾਂ ਨੂੰ ਕੁਛੜ ਚੁੱਕੇ ਫੋਟੋਆਂ ਖਿਚਵਾਉਣੀਆਂ ਭਰਤੀ ਹੋਣ ਵਾਲੇ ਜਵਾਨਾਂ ਵਾਂਗ ਆਪਣੇ ਚੌੜੇ ਸੀਨੇ ਦਾ ਆਕਾਰ ਦੱਸਣਾ ਨਵੇਂ-ਨਵੇਂ ਜੁਮਲੇ ਛੱਡਣੇ ਚਿੱਟੇ ਲਿਬਾਸ ਪਾ ਕੇ ਹੱਥਾਂ 'ਚ ਵੱਡਾ ਸਾਰਾ ਝਾੜੂ ਫੜ ਕੇ ਸਫਾਈ ਦੇ ਮੁਦਈ ਬਣਨ ਦੀ ਨਟੰਕੀ ਕਰਨੀ ਝੂਠੇ ਵਾਦੇ ਲਾਰੇ ਲਾਉਣੇ ਕੁਝ ਵੀ ਨਾ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਆਪਣਾ ਦਿਮਾਗ ਸਿਰਫ ਨਾਰੇ ਘੜਨ ਤੇ ਖਰਚ ਕਰਨਾ ਤੇ ਕਈ ਟਿਕੜਮ ਬਾਜ਼ੀਆਂ ਲਾ ਕੇ 60 ਸਾਲ ਸੇਵਾ ਕਰਨ ਵਾਲੇ ਨੂੰ ਬੇਸ਼ੱਕ ਪੈਨਸ਼ਨ ਨਾ ਮਿਲੇ ਪਰ ਇਹ ਕੁਝ ਸਮਾਂ ਸੇਵਾ ਕਰਕੇ ਉਮਰ ਪਰ ਲਈ ਪੈਨਸ਼ਨ ਤੇ ਅਨੇਕਾਂ ਪੱਤਿਆਂ ਦਾ ਜੁਗਾੜ ਕਰ ਲੈਂਦੇ ਆ ਜਦੋਂ ਲੋਕ ਇਹਨਾਂ ਨੂੰ ਰੱਦ ਕਰਕੇ ਇੱਕ ਤਰ੍ਹਾਂ ਜਿੱਤੇ ਵਾਂਗ ਭਿਉਂ ਭਿਉਂ ਕੇ ਮਾਰਦੇ ਆ ਤੇ ਢੀਠਤਾਈ ਦੀਆਂ ਹੱਦਾਂ ਪਾਰ ਕਰਦੇ ਆਖਦੇ ਆ ਜਨਤਾ ਜਨਾਰਧਨ ਦਾ ਫੈਸਲਾ ਸਿਰ ਮੱਥੇ ਕਬੂਲ ਫਿਰ ਅਗਲੀ ਪੈਂਸ਼ਨ ਦੇ ਜੁਗਾਰ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦੇ ਆ ਆਗਾਮੀ ਚੋਣਾਂਵੀ ਕੁੰਭ ਦੇ ਇਸ਼ਾਨ ਲਈ ਜੁਗਾੜੀਆਂ ਨੇ ਜੋੜ ਤੋੜ ਕਰਕੇ ਜੁਗਾਰ ਲਾਉਣੇ ਸ਼ੁਰੂ ਕੀਤੇ ਹੋਏ ਜੁਗਾਰ ਨਾ ਬਣਨ ਦੀ ਸੂਰਤ ਵਿੱਚ ਵਫਾਦਾਰੀਆਂ ਵੀ ਬਦਲੀਆਂ ਜਾ ਰਹੀਆਂ ਆਪਣੇ ਭਾਸ਼ਨਾ ਚ ਇੱਕ ਦੂਜੇ ਤੇ ਤੋਂ ਤਲੌਂਦੇ ਆਪਣੇ ਆਪ ਨੂੰ ਦੁੱਧੋ ਤੇ ਦੱਸਣਾ ਵੀ ਨਹੀਂ ਭੁੱਲਦੇ ਅਸਲ ਜੁਗਾੜੀ ਤਾਂ ਬਹੁ ਰੁਪਈਏ ਭੱਦਰਪੁਰਸ਼ ਸਾਡਾ ਮਿੱਤਰ ਜੀਤਾ ਵਿਚਾਰਾ ਤਾਂ ਜੁਗਾਰ ਲਾਉਣ ਲਈ ਐਵੇਂ ਹੀ ਬਦਨਾਮ ਹੈ ਧੰਨਵਾਦ